ਹਾਂਜੀ ਸਰਦਾਰ ਜੀ ਸਤਿ ਸ੍ਰੀ ਅਕਾਲ। ਮੈਂ ਅੱਜ ਤੁਹਾਡੇ ਤੋਂ ਕੁਛ ਤੁਹਾਡੇ ਪੁਰਾਣੇ ਵਤਨ ਦੀਆਂ ਗੱਲਾਂ ਪੁੱਛਣੀਆਂ ਨੇ। ਜੋ ਤੁਹਾਨੂੰ ਪਤਾ ਹੋਵੇ ਤੁਸੀਂ ਉਹ ਪੂਰੇ ਤਫਸੀਲ ਨਾਲ ਦੱਸਣੀਆਂ ਨੇ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਨਾਂ ਕੀ ਏ, ਪਿਤਾ ਜੀ ਦਾ ਨਾਂ ਕੀ ਏ, ਦਾਦਾ ਜੀ ਦਾ ਨਾਂ ਯਾਦ ਏ, ਪਿੰਡ ਕਿਹੜਾ ਸੀ ਤੁਹਾਡਾ ਪਿਛਾ, ਤਹਿਸੀਲ ਕਿਹੜੀ ਸੀ, ਸ਼ੇਖਪੁਰਾ ਜ਼ਿਲ੍ਹਾ ਯਾਦ ਜੇ, ਜ਼ਿਲ੍ਹਾ ਵੀ ਸ਼ੇਖਪੁਰਾ, ਤਹਿਸੀਲ। ਅੱਛਾ, ਤੁਸੀਂ ਜਦੋਂ ਪਾਕਿਸਤਾਨੋਂ ਆਏ ਹੋ ਓਹਦੇ ਵੇਲੇ ਤੁਹਾਡੀ ਉਮਰ ਕੀ ਸੀ? 14 ਸਾਲ ਦੀ ਉਮਰ ਸੀ। ਮਤਲਬ ਚੰਗੀ ਸੰਭਾਲ ਹੈ, ਪਿੰਡ ਦਾ ਨਕਸ਼ਾ ਨੁਕਸ਼ਾ ਯਾਦ ਹੈ, ਜੀ ਯਾਦ ਨੇ, ਤੁਹਾਡੇ ਪਿੰਡ ਦਾ ਨਾਂ ਕੀ ਸੀ, ਤੁਹਾਡੀ ਉਦੋਂ ਉਮਰ ਕੀ ਸੀ? ਉਮਰ ਮੇਰੀ 14 ਸਾਲ ਦੀ ਸੀ। ਮਤਲਬ ਜਵਾਨ ਸੋ, ਜਵਾਨ ਗੱਭਰੂ ਸਾ ਤੁਸੀਂ ਪੂਰੇ। ਕੋਈ ਐਸੇ ਪਿੰਡ ਜਿਹੜੇ ਤੁਹਾਡੇ ਪਿੰਡ ਦੇ ਚਾਰ ਸਵੇਰੇ ਚੜ੍ਹਦੇ ਰਹਿੰਦੇ ਵੱਲ ਹੋਣ ਉਹ ਦੱਸੋਗੇ? ਦੱਸੋ ਚੜ੍ਹਦੇ ਪਾਸੇ ਕਿਹੜਾ ਪਿੰਡ ਸੀ ਤੁਹਾਡੇ ਤੋਂ? ਚੜ੍ਹਦੇ ਸਾਡਾ ਨੇੜੇ ਬਾੜ ਸੀ, ਬਾੜ ਉਦੋਂ ਟੇਲਾਵਾਂ, ਟੇਲਾਵਾਂ, ਅੱਛਾ, ਬੁੱਟਰ, ਠੀਕ ਹੈ, ਦੋ ਮੱਕੀਆਂ, ਠੀਕ ਹੈ, ਮੱਕੀਆਂ ਦਾ ਨਾਂ ਯਾਦ ਜੇ ਦੋਵਾਂ ਦਾ? ਹਾਂ, ਇੱਕ ਨਵੀਂ ਪੁਰਾਣੀ, ਅੱਛਾ, ਮੱਕੀਆਂ ਹੋਰ ਅੱਗੇ ਕੀ ਹੈ ਬੁੱਟਰ, ਉਦੋਂ ਅੱਗੇ ਹਮਲਾ ਨੌਕਰ, ਅੱਛਾ ਅੱਛਾ, ਹੈ ਨੌਕਰ ਤੋਂ ਮੁੜ ਸਾਡਾ ਮਾਲਿਕ ਹੈ, ਹੈ ਆਏ ਤੁਹਾਡੇ ਚਾਰ ਸਵੇਰੇ ਪਿੰਡ ਸਨ। ਤੇ ਇਹ ਜਿਹੜਾ ਪਿੰਡ ਹੈ ਤੁਹਾਡਾ, ਤੁਹਾਡੇ ਬਜ਼ੁਰਗ ਕਿਤੇ ਬਾਹਰਲੇ ਪਿੰਡੋਂ ਆਏ ਸਨ ਜਾਂ ਸ਼ੁਰੂ ਤੋਂ ਝੀਂਡੇ ਹੀ ਰਹਿੰਦੇ ਸਨ? ਅਸੀਂ ਨੌਕਰੋਂ ਆਏ ਹਾਂ ਜੀ। ਨੌਕਰ ਤੋਂ ਆਏ? ਹਾਂ, ਨੌਕਰ ਤੋਂ ਆਏ। ਤੇ ਤੁਹਾਡੇ ਦਾਦਾ ਜੀ ਆਏ ਹੋਣਗੇ ਇੱਥੇ? ਆਹੋ, ਸੌਣ ਸਿੰਘ, ਸਾਡੇ ਦਾਦੇ ਨੂੰ ਸੌਣ ਸਿੰਘ ਨੂੰ ਮਰਬਾ ਮਿਲਿਆ ਸੀ, ਸੌਣ ਸਿੰਘ ਨੂੰ, ਸੌਣ ਸਿੰਘ ਦੇ 7 ਭਰਾ ਸਨ। ਕੋਈ ਤੁਹਾਨੂੰ ਆਪਣੇ ਘਰ ਦਾ ਨਕਸ਼ਾ ਯਾਦ ਹੈ ਪੁਰਾਣਾ? ਅੱਛਾ, ਤੇ ਬਜ਼ੁਰਗ ਆਪਣੇ ਖੇਤੀ ਕਰਦੇ ਸਨ ਜਾਂ ਕੋਈ ਬਿਜ਼ਨਸ ਜਾਂ ਹੋਰ ਕੁਛ ਕੰਮ ਕਰਦੇ? ਖੇਤੀ, ਖੇਤੀ ਕਰਦੇ ਸਨ। ਕਿਹੜੀ ਕਿਹੜੀ ਫਸਲ ਬੀਜਦੇ ਹੁੰਦੇ ਸਨ? ਅਸੀਂ ਆਪ ਮੁੰਜੀ ਵੀ ਲੈਂਦੇ ਸਨ, ਕਮਾਦ ਵੀ ਲੈਂਦੇ ਸਨ, ਕਣਕ ਵੀ ਬੀਜਦੇ ਸਨ। ਹੈ ਨੇੜੇ ਮੰਡੀ ਕਿਹੜੀ ਸੀ ਤੁਹਾਡੇ? ਸਾਡੀ ਮੰਡੀ ਝੂਲਕਾਨਾ ਮੰਡੀ, ਜਿੱਥੇ ਫਸਲ ਲਿਜਾਂਦੇ? ਫਸਲ ਲਿਜਾਂਦਾ। ਅੱਛਾ, ਖੇਤਾਂ ਨੂੰ ਜਿਹੜਾ ਪਾਣੀ ਦਿੰਦੇ ਸੀ ਉਹ ਨਹਿਰੀ ਸੀ ਜਾਂ ਚਲਾਰਾ ਖੂਹ ਸਨ? ਨਹਿਰ ਸੀ, ਨਹਿਰ, ਨਹਿਰ ਦਾ ਪਾਣੀ ਲਾਉਂਦੇ ਸੀ। ਤੇ ਨਹਿਰ ਦਾ ਪਾਣੀ ਤੁਹਾਡੇ ਖੇਤ ਨੂੰ ਸਿੱਧਾ ਚੜ੍ਹ ਜਾਂਦਾ ਸੀ ਕਿ ਚਲਾਰ ਚਲੂਰ ਲਾਉਣੀ ਪੈਂਦੀ ਸੀ? ਚਲਾਰ ਵੀ ਸੀ, ਚਲਾਰ ਸਾਡੀ ਦੱਖਣ ਪਾਸੇ ਚੇਂਡੇ ਤੋਂ, ਅੱਛਾ, ਸਾਡੀ 12 ਕਿਲੇ ਪਈ ਸੀ। ਤੇ ਪਸ਼ੂ ਪੁਸ਼ੂ ਰੱਖਦੇ ਹੋਵੋਗੇ ਪਾਕਿਸਤਾਨ ਵਿੱਚ ਡੰਗਰ? ਜੀ। ਤੇ ਉਹਨਾਂ ਨੂੰ ਪਾਣੀ ਪੂਣੀ ਪਿਆਉਣ ਦਾ, ਨਹਾਉਣ ਦਾ ਕੋਈ ਛੱਪੜ ਹੈ ਸੀ? ਛੱਪੜ ਸੀ ਸਾਡਾ, ਵਾਰੇ ਸੀ, ਵਾਰਾ ਸਾਡਾ ਸੀ ਮਰਬੇ ਦੇ ਵਿੱਚ। ਅੱਛਾ, ਪਿੰਡ ਵੀ ਛੱਪੜ ਹੈ ਸੀ ਕੋਈ? ਛੱਪੜ ਪਿੰਡ ਵੀ ਸੀ। ਕਿੰਨੇ ਸਨ? ਇੱਕੋ ਛੱਪੜ ਸਾਡੇ ਬੂਹੇ ਅੱਗੇ ਸੀ, ਅਸੀਂ ਸਾਡੇ ਸਰਾਏ ਹੱਸਦੇ ਸਨ, ਯਾਤਰੀ ਦੇ ਨੌਕ ਸਿੰਘ ਦੇ, ਦਲੀਪ ਸਿੰਘ ਦਾ ਤੇ ਕਿਸ਼ਨ ਸਿੰਘ ਦਾ। ਅੱਛਾ, ਅਗਲਾ ਸਵਾਲ ਇਹ ਵੇ ਕਿ ਤੁਹਾਡੇ ਪਿੰਡ ਝੀਂਡੇ ਵਿੱਚ ਸਕੂਲ ਹੈ ਸੀ? ਨਾ। ਪੜ੍ਹੇ ਲਿਖੇ ਹੋ? ਪੜ੍ਹੇ ਹੋ? ਨਹੀਂ। ਨੇੜੇ ਕਿਹੜਾ ਸਕੂਲ ਸੀ ਤੁਹਾਨੂੰ ਜਿੱਥੇ ਪੜ੍ਹਨ ਜਾਂਦੇ ਸੀ? ਨੇੜੇ ਸਕੂਲ ਸੀ ਬਾਹਰਾਂ, ਉੱਥੇ ਸਾਰੇ ਬੱਚੇ ਜਾਂਦੇ ਸਨ, ਯਾਤਰੀ ਸਕੂਲ ਕੋਈ ਨਹੀਂ ਸੀ। ਤੇ ਜ਼ਿਆਦਾ ਤੁਸੀਂ ਉੱਥੇ ਸਿੱਖ ਲੋਕ ਹੀ ਸੋ, ਜੱਟ ਜਾਂ ਹੋਰ ਕੌਮਾਂ ਵੀ ਆਏ ਸਨ? ਸਰ ਕੌਮਾਂ ਕਿਹੜੀ ਕਿਹੜੀ ਕੌਮ ਸੀ? ਇੱਕ ਤੇਲੀਆਂ ਦਾ ਤੇਲੀ ਸਨ, ਇੱਕ ਜਲਾਇਆ ਸਨ, ਇੱਕ ਫਰਗਾਨ ਲੋਹਾਰ, ਤੇ ਹੋਰ ਵਾਲੇ ਸਨ। ਵਾਲੇ ਤੇ ਜੱਟ ਹੀ ਹੋ ਗਏ ਨਾ? ਜੱਟ ਹੀ ਹੋ ਗਏ, ਜਾਤ ਤੇ ਉਹਨਾਂ ਦੀ ਹੋ ਰਹੀ ਸੀ। ਤੇ ਇੱਕ ਦਿਓ ਟੀਲੂ, ਤਿੰਨ ਚਾਰ ਕੌਮਾਂ ਉੱਥੇ ਜਾਂਦਾ, ਚਾਰ ਚਾਰ ਕੌਮਾਂ ਸਨ। ਅੱਛਾ, ਤੇ ਉਸ ਤੋਂ ਅੱਗੇ ਤੁਹਾਨੂੰ ਕੋਈ ਗੱਲ ਪੁੱਛਣੀ ਚਾਹੁੰਦਾ ਵਾ, ਬਈ ਤੁਹਾਡੀ ਉਮਰ ਦਾ ਕੋਈ ਗੈਰ ਸਿੱਖ ਮੁਸਲਮਾਨ ਤੁਹਾਨੂੰ ਕੋਈ ਬੇਲੀ ਆਪਣਾ ਯਾਦ ਹੈ ਬਚਪਨ ਦਾ?
ਸਾਡਾ ਤਾਂ ਮਾਈ ਸੀ ਜਾਂ ਸਾਡੇ ਮੁਸੱਲੀ ਸਨ ਡੇਰੇ ਤੇ ਰਾਜੂ ਤਾਜੂ ਮਮੂਰੀ ਉਹ ਸਾਡੇ ਵਾੜੇ ਦੇ ਸਾਡੇ ਜੰਮਣ ਤੋਂ ਪਹਿਲਾਂ ਦੇ ਸਾਡੇ ਉਹ ਵਾੜੇ ਦੇ ਸਨ ਮਾਂ ਡੰਗਰ ਸਨ ਹੁੰਦੇ ਸਨ ਸੀ ਸਨ ਜੀ ਲੱਗਦੇ ਸਨ ਉਹਨਾਂ ਨੂੰ ਮਿਲਣ ਤੇ ਜੀ ਕਰਦਾ ਜੇ ਨਾ ਮਰ ਮੁਰ ਗਏ ਮੇਰਾ ਹੁਣ ਜੀ ਕੀ ਤੁਹਾਡੇ ਤੋਂ ਵੱਡੇ ਸਨ ਹਾਂ ਸਭ ਤੋਂ ਵੱਡੇ ਸਾਡਾ ਪਿਓ ਜਾਂ ਨਹੀਂ ਸਰ ਉਹ ਤੁਹਾਡੇ ਪਿੰਡ ਕੋਈ ਮੇਲਾ ਵੀ ਲੱਗਦਾ ਸੀ ਲੱਗਦਾ ਸੀ ਕਾਹਦਾ ਮੇਲਾ ਸੀ ਉਹ ਮੇਲਾ ਕੌਡੀ ਦਾ ਸੀ ਕਿਸੇ ਪੀਰ ਦੇ ਨਾਂ ਤੇ ਲੱਗਦਾ ਸੀ ਮਕਾਨ ਦਾ ਸੀ ਬਾਬੇ ਆਲਾ ਸਿੰਘ ਡੇਰੇ ਦੇ ਨੰਬਰਾਂ ਡੇਰੇ ਨਾਲ ਆਏ ਸੀ ਜਿੱਥੋਂ ਟੇਲਾਂ ਉੱਡਦੀਆਂ ਸਨ ਇੱਕ ਟੇਲ ਜਾਂਦੀ ਬਾਹਰਾਂ ਨੂੰ ਇੱਕ ਜਿਉਣ ਸਿੰਘ ਨੂੰ ਟਿਲਵਾਂ ਨੂੰ ਤੇ ਇੱਕ ਜਾਂਦੀ ਸੀ ਇਹਨਾਂ ਨੂੰ ਬਾਬੇ ਮਾਣਾ ਸਿੰਘਾਂ ਨੂੰ ਤੁਹਾਨੂੰ ਜਾਂਦੇ ਤੁਸੀਂ ਕਦੀ ਮੇਲਾ ਵੇਖਣ ਗਏ ਸੋ ਜਾਂਦੇ ਸਨ ਕੀ ਪੈਸੇ ਪੂਸੇ ਮਿਲਦੇ ਸਨ ਕੋਈ ਘਰੋਂ ਨਾ ਕੌਡੀ 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 ਖੇਡਦੇ ਸਨ ਯਾਤਰੀ ਵੀ ਆਉਂਦੀ ਸੀ ਮੁਸਲਮਾਨ ਵੀ ਆਉਂਦੇ ਸਨ ਤੁਹਾਡੇ ਪਿੰਡ ਦੇ ਨੰਬਰਦਾਰ ਯਾਦ ਜੀ ਕਿੰਨੇ ਸਨ ਦੋ ਉਹਨਾਂ ਦੇ ਨਾਂ ਯਾਦ ਜੀ ਊਧਮ ਸਿੰਘ ਪਾਲਾ ਸਿੰਘ ਇੱਕ ਊਧਮ ਸਿੰਘ ਜੀ ਸਨ ਤੇ ਇੱਕ ਸਰਦਾਰ ਊਧਮ ਸਿੰਘ ਫੇਰੋਕਾ ਸੀ ਫੇਰੋਕਾ ਪਾਲਾ ਸਿੰਘ ਦੇ ਨੰਬਰਦਾਰੀ ਤੁਹਾਡੀ ਮਿਲੀ ਸੀ ਸਾਰਿਆਂ ਨੂੰ ਪਤਾ ਹੈ ਜਦੋਂ ਤੁਸੀਂ ਪਾਕਿਸਤਾਨ ਤੋਂ ਨਿਕਲੇ ਹੋ ਤੁਹਾਨੂੰ ਕੋਈ ਯਾਦ ਹੈ ਕਿ ਕਿਹੜੇ ਵੇਲੇ ਨਿਕਲੇ ਸੋ ਅਸੀਂ ਨਿਕਲੇ ਸਨ 10-11 ਵਜੇ ਮਤਲਬ ਜਿਹੜੇ ਸਵੇਰੇ ਆਮ ਸੱਤ ਬਾਦਲਾਂ ਦੀ 10-11 ਵਜੇ ਨਿਕਲੇ ਸਾਡੇ ਠੀਕ ਹੈ ਜੀ ਕੋਈ ਨੁਕਸਾਨ ਤੁਹਾਡਾ ਨੇੜੇ ਦੇ ਦੂਜੇ ਲੋਕਾਂ ਨੇ ਸਾਡੇ ਦੋ ਪਿੰਡ ਸਨ ਆਪਣਾ ਜਾਤਰੀ ਦੇ ਪਿੰਡਾਂ ਸਾਨੂੰ ਨਹੀਂ ਕਿਸੇ ਆਵਾਜ਼ ਨਹੀਂ ਮਾਰੀ ਆਪਣੀ ਖੁਸ਼ੀ ਨਾਲ ਨਿਕਲੇ ਆ ਐਡ ਹੱਸ ਕੇ ਨਿਕਲੇ ਹੋ ਹੱਸ ਕੇ ਕਿੱਥੋਂ ਵਾਸਤੇ ਨਿਕਲੇ ਸੋ ਕਿੱਥੇ ਆਉਣਾ ਸੀ ਤੁਸੀਂ ਨਿਕਲ ਕੇ ਸੱਚੇ ਸੌਦੇ ਗੁਰਦੁਆਰਾ ਸਾਹਿਬ ਕੈਂਪ ਸੀ ਉੱਥੇ ਕੋਈ ਉੱਥੇ ਕੈਂਪ ਲੱਗਾ ਸੀ ਅੱਛਾ ਕੈਂਪ ਵਿੱਚ ਪਹੁੰਚ ਗਏ ਸੋ ਜਿਹੜਾ ਸੂਬਾ ਸੀ ਨਾ ਸੱਚੇ ਸੌਦੇ ਉਸ ਦੱਖਣ ਪਾਸੇ ਉੱਥੇ ਸਾਡਾ ਕੈਂਪ ਸੀ ਤੁਹਾਡਾ ਕੋਈ ਮਾਲੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਬੜੇ ਆਰਾਮ ਨਾਲ ਨਿਕਲੇ ਆਰਾਮ ਨਾਲ ਤੇ ਉੱਥੋਂ ਆ ਕੇ ਫਿਰ ਹੁਣ ਤੁਸੀਂ ਕਿਹੜੇ ਪਿੰਡ ਵਸੇ ਹੋ ਉੱਥੋਂ ਆ ਕੇ ਸੀ ਸਾਨੂੰ ਉੱਥੇ ਐਲਾਨ ਹੋ ਗਿਆ ਸੀ ਅੰਮ੍ਰਿਤਸਰ ਹੀ ਜਿਹੜਾ ਨਾ ਜ਼ਿਲ੍ਹਾ ਸ਼ੇਖੂਪੁਰਾ ਉਹਨਾਂ ਨੂੰ ਅਲਾਟਮੈਂਟ ਕਰਨਾ ਹੈ ਠੀਕ ਹੈ ਠੀਕ ਹੈ ਠੀਕ ਹੈ ਹੁਣ ਤੁਹਾਡੇ ਪਿੰਡ ਦਾ ਨਾਂ ਕੀ ਹੈ ਤੁਹਾਡੇ ਪਿੰਡ ਦਾ ਨਾਂ ਕੀ ਹੈ ਹੁਣ ਹੁਣ ਪਿਛਲੇ ਦਾ ਇਹ ਇਲਾਕੇ ਦਾ ਜਿੱਥੇ ਰਹਿੰਦੇ ਹੋ ਇਹਦਾ ਰਤਕ ਰਤਕ ਤੇ ਡੇਰੇ ਦੇ ਰਹਿੰਦੇ ਹੋ ਕਿ ਪਿੰਡ ਰਹਿੰਦੇ ਹੋ ਅਸੀਂ ਹੁਣ ਡੇਰੇ ਦੇ ਰਹਿੰਦੇ ਹਾਂ ਡੇਰੇ ਦੇ ਨੇੜੇ ਪਿੰਡ ਕਿਹੜਾ ਹੈ ਢਿੰਡਾ ਸ਼ਰੀਫ ਹੈ ਗੁੱਜਰ ਉਹ ਸਾਡੇ ਪਿੰਡ ਵੀ ਰਹਿੰਦਾ ਸੀ ਸਾਡੇ ਵੱਡਿਆਂ ਨੂੰ ਉਹ ਜਾਣਦਾ ਸੀ ਠੀਕ ਹੈ ਜੀ ਤਿੰਨੂ ਵੀ ਜਿਹੜੇ ਸਨ ਤਿੰਨੂ ਮੁਸਲਮਾਨ ਸਨ ਚੀਮੇ ਉਹ ਵੀ ਸਾਡੇ ਪਾਕਿਸਤਾਨ ਭੇਜ ਰਹੇ ਹਾਂ ਜਨਰਲ ਸਾਹਿਬ ਕੋਲ ਤੇ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਵੀ ਉੱਥੇ ਕਿਉਂ ਭੇਜ ਰਹੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਹੋਰ ਫਿਰ ਤੁਹਾਡੀ ਸਿਹਤ ਦਾ ਜਾਂ ਅੱਗੋ ਕੋਈ ਸੁਨੇਹਾ ਦੇਣਾ ਹੋਵੇ ਦੇ ਦਿਓ ਤੇ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਇਸੇ ਤਰ੍ਹਾਂ ਮਿਲਦੇ ਰਹੀਏ ਤੇ ਆਪਣੀ ਵੀਡੀਓ ਬਣਾ ਕੇ ਭੇਜਦੇ ਰਹੀਏ ਇਨਸ਼ਾਅੱਲਾ ਖੁਦਾ ਕੈਰ ਕਰੇ ਅੱਛਾ ਇੱਕ ਮਿੰਟ ਸੁਣੋ ਗੱਲ ਨਹੀਂ ਨਹੀਂ ਕੱਟਣ ਦੀ ਕੋਈ ਲੋੜ ਨਹੀਂ ਸੁਣੋ ਗੱਲ ਇਹ ਸਨ ਸੰਪੂਰਨ ਸਿੰਘ ਪਿੰਡ ਰੱਥਕ ਤੋਂ ਮੈਂ ਦਲਵੀਰ ਬੋਲਣਾ ਮੇਰੇ ਬਜ਼ੁਰਗ ਨੇ ਇਹ ਉਦੋਂ 14 ਸਾਲ ਦੇ ਹਨ ਸਾਰੀ ਹਿਸਟਰੀ ਦੱਸ ਰਹੇ ਨੇ ਵੀ ਜੋ ਕੁਛ ਉੱਥੇ ਮਤਲਬ ਜਿਵੇਂ ਸਾਡੀ ਰਹਿਣੀ ਸਹਿਣੀ ਜੋ ਗੱਲਾਂ ਤੁਸੀਂ ਸਾਰੀਆਂ ਸੁਣਨੀਆਂ ਨੇ ਅਤੇ ਸਾਹਮਣੇ ਆਪਣੇ ਨੇ ਅਜੀਤ ਸਿੰਘ ਝਿੰਡਾ ਜੀ ਇਹ ਝਿੰਡਾ ਤੋਂ ਨੇ ਅਤੇ ਇੱਧਰ ਨੇ ਆਪਣਾ ਦਲੇਰ ਸਿੰਘ ਜੀ ਪਿੰਡ ਰੱਥਕ ਤੋਂ ਹਾਂਜੀ ਦਲੇਰ ਸਿੰਘ ਜੀ ਤੁਸੀਂ ਉਦੋਂ ਕਿੰਨੀ ਸਾਲ ਦੇ ਸੋ ਜਦੋਂ ਆਪਣਾ ਪਾਕਿਸਤਾਨ ਦੇ ਵਿੱਚ ਸੋ ਅੱਛਾ ਜੀ 12 ਸਾਲ ਦੀ ਕੋਈ ਯਾਦ ਜੀ ਉਹਦੇ ਆਇਆ ਤੁਹਾਨੂੰ ਕੋਈ ਅੱਛਾ ਜੀ ਕੋਈ ਆਂਢ ਗੁਆਂਢ ਨੂੰ ਤੁਸੀਂ ਜਾਣਦੇ ਹੋ ਜਾਂ ਉੱਥੇ ਕੋਈ ਜ਼ਮੀਨਾਂ ਤੁਹਾਡੀਆਂ ਕਿਹੜੀ ਸਾਈਡ ਸਨ ਯਾਦ ਹੈ ਤੁਹਾਨੂੰ ਅੱਛਾ ਝਿੰਡੇ ਸਾਈਡ ਸਨ ਤੇ ਉਹਦਾ ਕੋਈ ਨਿਸ਼ਾਨੀ ਹੈ ਕੋਈ ਪਾਸੇ ਕੋਈ ਨਹਿਰ ਵਗੈਰਾ ਜਾਂ ਕੁਛ ਸਾਡੇ ਯਾਤਰੀ ਨੂੰ ਦੋ ਨਹਿਰਾਂ ਇੱਕ ਚੜ੍ਹਦੀ ਲਾਂਗੇ
ਅੱਛਾ ਜੀ ਨੌ ਮੋਗੇ ਸਨ ਠੀਕ ਦੋ ਨਹਿਰਾਂ ਸਨ ਦੋ ਨਹਿਰਾਂ ਠੀਕ ਨੌ ਮੋਗੇ ਸਨ ਅੱਛਾ ਜੀ ਸਕੂਲ ਹੈ ਸੀ ਤੁਹਾਡੇ ਪਿੰਡ ਸਕੂਲ ਹੈ ਸੀ ਸਾਡੇ ਪਿੰਡ ਪਿੰਡੋ ਲਾਂਡੀ ਲਾਮੇ ਛੱਪਰ ਦੇ ਉੱਕਾ ਨਾਲ ਅੱਛਾ ਜੀ ਪੜ੍ਹੇ ਲਿਖੇ ਹੋ ਤੋ ਨਹੀਂ ਅੱਛਾ ਪੜ੍ਹੇ ਕੋ ਨਹੀਂ ਉੱਥੋਂ ਮਤਲਬ ਗਲੀਆਂ ਗੁਲੀਆਂ ਤੇ ਵੈਸੇ ਤੁਹਾਨੂੰ ਸਾਰੀਆਂ ਯਾਦ ਹੀ ਹੋਣਗੀਆਂ ਨਾ ਗਲੀਆਂ ਮੈਨੂੰ ਵਾਵਾ ਜਾਣ ਨੇ ਖਰਾਸ ਲੱਗੇ ਹਨ ਅੱਛਾ ਕੰਨੇ ਤੇ ਇੱਕ ਅੰਦਰ ਡਿਓੜੀ ਤੋਂ ਅੱਛਾ ਮਤਲਬ ਤੁਸੀਂ ਜਿਹੜੇ ਆਪਣੇ ਦਲੇਰ ਸਿੰਘ ਜੀ ਤੁਸੀਂ ਦੋ ਪਿੰਡਾਂ ਚ ਰਹੇ ਹੋ ਜਾਂ ਇੱਕ ਪਿੰਡ ਚ ਰਹੇ ਹੋ ਨਾ ਇੱਕੋ ਪਿੰਡ ਜਿਵੇਂ ਕਈ ਸੁਣਿਆ ਹੈ ਬਜ਼ੁਰਗ ਦੱਸਦੇ ਹਨ ਵੀ ਯਾਤਰੀ ਵੀ ਰਹਿਣ ਤੇ ਨੌਕਰ ਵੀ ਰਹਿਣ ਨੌਕਰੋਂ ਤੇ ਅਸੀਂ ਆਏ ਸਾਂ ਨੌਕਰੋਂ ਆਏ ਰਾਤੀ ਪੈਂਦੇ ਸਨ ਤੇ ਪੂਰ ਜਾਂਦੇ ਸਨ ਗਾਈ ਤੇ ਮੱਝੀ ਜਾ ਕੇ ਇੱਥੇ ਬਾਕਾਂ ਪਾਈਆਂ ਸਨ ਠੀਕ ਜਿੱਥੇ ਖੂਹ ਪਾਟੇ ਸਨ ਨਾ ਅੱਛਾ ਉਹਦੇ ਮੁੰਡੇ ਨੇ ਬਾਕਾਂ ਪਾਈਆਂ ਸਨ ਬਾਕਾਂ ਪਾ ਕੇ ਅੱਛਾ ਇਸ ਤਰ੍ਹਾਂ ਨਾ ਮੰਨ ਲੋ ਜਿਵੇਂ ਯਾਤਰੀ ਤੋਂ ਤੁਸੀਂ ਨੌਖਰ ਆ ਗਏ ਅੱਛਾ ਠੀਕ ਹੈ ਤੇ ਝੀਂਡੇ ਵਾਲੇ ਮਤਲਬ ਝੀਂਡੇ ਚ ਹੀ ਰਹੇ ਨੇ ਝੀਂਡੇ ਆ ਗਏ ਠੀਕ ਹੈ ਯਾਨੀ ਕਿ ਸਾਡਾ ਬਜ਼ੁਰਗ ਜਿਹੜਾ ਸਾਡਾ ਦਾਦਾ ਪੜਦਾਦਾ ਹੈ ਉਹ ਆਣ ਕੇ ਝੀਂਡੇ ਰਹੇ ਨੇ ਤੁਸੀਂ ਨੌਕਰ ਰਹੇ ਫਰਕ ਸਿਰਫ ਆ ਯਾਤਰੀ ਰਹੇ ਠੀਕ ਹੈ ਨੌਕਰੋਂ ਤੇ ਆਏ ਠੀਕ ਹੈ ਹਾਂਜੀ ਹਾਂਜੀ ਗੁਰਦੁਆਰਾ ਦੇ ਕੋਲ ਇੱਕ ਬੁੱਢਾ ਖੂਹ ਬੂਹੇ ਲੱਗੇ ਹੁੰਦਾ ਸੀ ਉਂਝ ਜਦੋਂ ਤੁਸੀਂ ਪਾਕਿਸਤਾਨ ਤੋਂ ਆਏ ਹੋ ਸਨ 47 ਤੋਂ ਤੁਹਾਨੂੰ ਕੋਈ ਦਿੱਕਤ ਦੁੱਕਤ ਤੇ ਨਹੀਂ ਆਈ ਦਿੱਕਤ ਬੜੀ ਸਾਨੂੰ ਆਈ ਹੈ ਸੱਚੇ ਤੌਰ ਤੇ ਅੱਛਾ ਸੱਚੇ ਸੌਦੇ ਆਣ ਕੇ ਆਈ ਹੈ ਤੁਹਾਡੇ ਦਿੱਕਤ ਆਈ ਹੈ ਜਦੋਂ ਅਸੀਂ 4 ਵਜੇ ਦਾ ਅਸੀਂ ਟਾਈਮ ਜਿਵੇਂ ਹੁਣ ਬਣਿਆ ਅੱਛਾ ਜੀ ਅਸੀਂ ਨਿਕਲਦੇ ਨਹੀਂ ਸਾਂ ਠੀਕ ਹੈ ਮੈਂਟਰੀ ਆ ਗਈ ਅੱਛਾ ਜੀ ਮੈਂਟਰੀ ਸਾਨੂੰ ਬਦੂਕਾਂ ਮਖਾਣ ਬਣ ਨਿਕਲੋ ਬਣੇ ਨਹੀਂ ਤੇ ਅੱਗ ਲਾ ਕੇ ਸਾੜ ਕੇ ਆਉਂਦੇ ਅੱਛਾ ਜੀ ਮੁੜ ਗੱਡਿਆਂ ਦੇ ਸਮਾਨ ਡਾਕਿਆਂ ਧਰਿਆ ਅੱਛਾ ਡਾਕੇ ਮੁੜ ਨਾਰੇ ਪਾ ਕੇ ਸੱਚੇ ਸੁੱਖ ਤੇ ਲੈ ਗਏ ਸਮਾਨ ਬੜੀ ਦੁਨੀਆਂ ਮਰੀ ਸਾਡੀ ਮਨਾਰ ਦੇ ਵਿਚ ਲਾਸ਼ਾਂ ਸੱਟੀਆਂ ਨਾਰ ਬੰਦ ਹੋ ਗਈ ਸੱਚੇ ਸੁਣਦੇ ਆਈ ਲਾਸ਼ਾਂ ਨਾਲ ਬੜੀ ਦਿੱਕਤ ਆਈ ਸਾਨੂੰ ਉੱਥੇ ਆਉਣ ਲੈ ਕੇ ਘਰ ਦਾ ਸਮਾਨ ਆਪਣਾ ਲੈ ਆਇਆ ਕੋਈ ਲੈ ਨੀ ਚੂੜੇ ਚਮਾਰ ਲੈ ਕੇ ਜਿਹੜਾ ਮੰਜੀਆਂ ਤੇ ਕੱਟੀਆਂ ਸਨ ਮਾਈਆਂ ਬੰਨ ਕੇ ਅੱਛਾ ਤੇ ਉਹ ਚੂੜਿਆਂ ਦੇ ਅੰਦਰੋਂ ਹੋਰ ਲਿਆਓ ਕੱਢ ਕੇ ਫਲਾਣਾ ਲਿਆਓ ਤੇ ਉਹ ਲੈ ਕੇ ਆਪਣਾ ਨਿਕਲ ਜਾਂਦੇ ਸਨ ਘਰ ਨੂੰ ਤੁਸੀਂ ਚੂੜੇ ਆਖਿਆ ਚੂੜੇ ਕਿੱਦਾਂ ਤੋਂ ਆਉਂਦੇ ਹੋ ਚੂੜੇ ਜਿਹੜੇ ਹੋਏ ਬਾਲਮੀਕੀ ਸਾਈ ਸਾਈ ਕੇ ਨਾ ਉਹ ਤੇ ਚੂੜੇ ਉੱਥੇ ਵੀ ਚੂੜੇ ਆਉਂਦੇ ਨੇ ਇੱਥੇ ਵੀ ਚੂੜੇ ਆਉਂਦੇ ਨੇ ਹਾਂਜੀ ਉੱਥੇ ਚੂੜੇ ਲਿਆਓ ਹਾਂਜੀ 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 ਮੇਰੇ ਸੱਜਣੋ ਇਹ ਦੋ ਸੱਜਣ ਸਾਡੇ ਨਾਲ ਬੈਠੇ ਨੇ ਦਲਵੀਰ ਸਿੰਘ ਜੀ ਵੀਡੀਓ ਬਣਾ ਰਹੇ ਨੇ ਇਹ ਝੀਂਡੇ ਤੋਂ ਝੀਂਡੇ ਦੇ ਰਹਿਣ ਵਾਲੇ ਨੇ ਇਹ ਯਾਤਰੀ ਦੇ ਰਹਿਣ ਵਾਲੇ ਨੇ ਵਾਸਤਵ ਵਿੱਚ ਦੋਵੇਂ ਨੌਕਰੀਏ ਨੇ ਔਰ ਵਿਰਕ ਨੇ ਔਰ ਦਾਸ ਵੀ ਇਹਨਾਂ ਦਾ ਰਿਸ਼ਤੇਦਾਰ ਕੀ ਆਪਣੀ ਉਹਨਾਂ ਦੀ ਬਰਾਦਰੀ ਖੂਨ ਹੈ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਆਪਣੇ ਪਿੰਡਾਂ ਤੋਂ ਵੀ ਝੀਂਡੇ ਰਤਕ ਦੀ ਵੀਡੀਓ ਬਣਾ ਕੇ ਭੇਜੀਏ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅੱਜ ਜਿਹੜੇ ਸਾਡੇ ਇੱਥੋਂ ਲੋਕ ਉੱਠ ਕੇ ਗਏ ਨੇ ਉਹ ਕਿਸ ਤਰ੍ਹਾਂ ਰਹਿ ਰਹੇ ਨੇ ਜਾਂ ਉਹਨਾਂ ਦਾ ਜੀਵਨ ਜਿਹੜਾ ਹੈ ਕਿਸ ਤਰ੍ਹਾਂ ਦਾ ਹੈ ਅਸੀਂ ਇੱਥੇ ਭਰਪੂਰ ਸੁੱਖ ਵਿੱਚ ਵੱਸਦੇ ਪਏ ਹਾਂ ਅੱਲਾਹ ਤੋਂ ਬਿਨਾਂ ਸਾਨੂੰ ਹੋਰ ਕਿਸੇ ਦਾ ਕੋਈ ਡਰ ਨਹੀਂ ਹੈ ਖੁਦਾ ਤੋਂ ਬਿਨਾਂ ਅਤੇ ਅਸੀਂ ਤੁਹਾਡਾ ਬੜਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਤੱਕ ਅਸੀਂ ਵੀਡੀਓ ਪਹੁੰਚਾਉਣ ਦੇ ਯੋਗ ਹੋ ਸਕੇ ਅੱਲਾਹ ਖੈਰ ਕਰੇ ਅੱਗੇ ਵੀ ਤੁਹਾਡੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਹੀ ਲਗਾਤਾਰ ਅਸੀਂ ਵੀਡੀਓ ਬਣਾਉਂਦੇ ਰਹਾਂਗੇ ਇਹ ਹੁਣ ਸਾਡੇ ਜਿਹੜੇ ਇੱਥੇ 4 ਪਿੰਡ ਨੇ ਰਤਕ ਝੀਂਡਾ ਗਾਮੇ ਦਾ ਵਾੜਾ ਠਰੀ ਇਹ ਜਿਹੜਾ ਜ਼ਿਲ੍ਹਾ ਸ਼ੇਖੂਪੁਰ ਦੇ ਸਾਡੇ ਵਿਰਕ ਨੇ ਨਾ ਮੰਡੀ ਚੂੜਕਾਣਾ ਜਿਹਦਾ ਤੁਸੀਂ ਨਾਮ ਅੱਜ ਫਰੂਕਾਬਾਦ ਰੱਖਿਆ ਹੈ ਸਾਡੇ ਇੱਥੇ 4 ਪਿੰਡ ਨੇ ਅਸੀਂ ਜ਼ਿਲ੍ਹਾ ਡਿਸਟ੍ਰਿਕਟ ਦੇ ਵਿੱਚ ਕਰਨਾਲ ਸੋਰੀ
ਕਰਨਾਲ ਦੇ ਵਿੱਚ ਅਸੀਂ ਰਹਿ ਰਹੇ ਹਾਂ ਸਾਰੇ ਵਿਰਕ। ਇਹ ਜਿੰਨਾ ਸ਼ੇਖੂਪੁਰ ਦਾ ਗਰਾਬ ਸੀ ਨਾ ਵਿਰਕਾਂ ਦਾ, ਵੈਸੇ ਜਾਤਾਂ ਤਾਂ ਹੋਰ ਵੀ ਬੜੀਆਂ ਨੇ ਇੱਥੇ ਸਾਡੇ ਏਰੀਏ 'ਚ, ਬਾਕੀ ਟੋਟਲ ਜਿੰਨਾ ਸੀ ਨਾ ਵਿਰਕ ਉਹ ਸਾਰਾ ਅਸੀਂ ਇੱਥੇ ਜ਼ਿਲ੍ਹਾ ਕਰਨਾਲ ਅਤੇ ਆ ਪਿੰਡਾਂ ਦੇ ਨਾਂ ਅੱਗੇ ਦੱਸੇ ਨੇ, ਰੱਤਕ ਚੀਂਡਾ ਅਤੇ ਗਾਮੇ ਦਾ ਵਾੜਾ ਟਰੀ। ਹੋਰ ਕੋਈ ਸਵਾਲ, ਕੋਈ ਗੱਲ, ਕੋਈ ਬਾਤ? ਠੀਕ ਹੈ ਜੀ, ਧੰਨਵਾਦ ਤੁਹਾਡਾ ਬਜ਼ੁਰਗਾਂ ਦਾ। ਮਾਲਕ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ।